ਗੁੱਡ ਮਾਰਨਿੰਗ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਹੋਪ ਸਾਰੇ ਬਹੁਤ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਹੋਪ ਬਾਬਾ ਜੀ ਤੁਹਾਨੂੰ ਇੱਦਾਂ ਹੀ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ। ਸੰਡੇ ਦਾ ਦਿਨ ਆ, ਸਟਾਰਟ ਕਰਨ ਲੱਗੇ ਆਪਾਂ ਸੰਡੇ ਤੋਂ ਬਲੌਗ। ਤੇ ਇੱਥੇ ਮੈਂ ਕਰਟਨਸ ਚੇਂਜ ਕਰਨ ਲੱਗੀ ਹੋਈ ਸੀਗੀ, ਮੈਨੂੰ ਐਸੀ ਚੱਲ ਰੂਮ ਦੇ ਕਰਟਨਸ ਚੇਂਜ ਕਰ ਲਾ। ਮੈਂ ਹਨੀਤ ਦੀ ਹੈਲਪ ਲੈ ਰਹੀ ਸੀ, ਤਾਂ ਹੀ ਇਹ ਘਰੇ ਨੇ ਨਾ ਸੰਡੇ ਨੂੰ, ਤਾਂ ਹੀ ਇਹਦੀ ਹੈਲਪ ਲੈਣ ਲੱਗੀ ਹੋਈ ਸੀਗੀ। ਪਰ ਇਹ ਤਾਂ ਹੈਲਪ ਕਾਹਦੀ ਕਰਦੇ ਨੇ, ਤਾਂ ਕੰਮ ਨਹੀਂ, ਇਹ ਤਾਂ ਕੜੰਮ ਕਰਦੇ ਨੇ, ਹਨਾ। ਸੋ ਇੱਥੇ ਮੰਮੀ ਕਰ ਰਹੇ ਸੀਗੇ, ਦੇਖ ਕਰਕੇ ਮੱਥਾ ਟੇਕ ਰਹੇ ਸੀਗੇ, ਕਿਉਂਕਿ ਮੰਮੀ ਨਾ ਸੰਡੇ ਨੂੰ ਚਲੀਹੇ ਸ਼ੁਰੂ ਕਰਨ ਲੱਗੇ ਹੋਏ ਨੇ। ਤੇ ਮੰਮੀ ਨੇ ਫਿਰ ਦੇਖ ਕਰਕੇ ਬਾਬਾ ਦੀਪ ਸਿੰਘ ਜੀ ਮੂਹਰੇ ਜੋਤ ਜਲਾ ਕੇ ਫਿਰ ਚਲੀਹੇ ਸ਼ੁਰੂ ਕਰਨੇ ਨੇ। ਤੇ ਹਨੀਤ ਨੂੰ ਇੰਨਾ ਵਿਸ਼ਵਾਸ ਹੈ ਮਾਨੀ ਦੀ ਅਰਦਾਸ 'ਚ, ਇਹਨੇ ਖੜਨਾ ਹੀ ਖੜਨਾ, ਵੀ ਜਦੋਂ ਵੀ ਮਾਨੀ ਮੰਮਾ ਨੇ ਅਰਦਾਸ ਕਰਨੀ ਇਹਨੇ ਖੜਨਾ ਹੀ ਖੜਨਾ। ਫਿਰ ਇਹਨੇ ਕਹਿਣਾ ਬਾਬਾ ਜੀ ਮੇਰੇ ਪਾਪਾ ਨੂੰ ਠੀਕ ਕਰ ਦਿਓ, ਬਾਬਾ ਜੀ ਮੈਨੂੰ ਠੀਕ ਕਰ ਦਿਓ, ਇਹ ਅਰਦਾਸ ਇਹਦੀ ਪੱਕੀ ਹੁੰਦੀ ਹੈ, ਹਨਾ। ਸੋ ਮੈਂ ਲੱਗੀ ਹੋਈ ਹਾਂ ਸਫਾਈਆਂ ਕਰਨ। ਮੈਂ ਮੰਮੀ ਨੂੰ ਕਿਹਾ ਸੀ, ਮੈਂ ਕਿਹਾ ਤੁਸੀਂ ਕਰ ਲਓ ਆਪਦਾ ਜਿਹੜਾ ਕੁਛ ਕਰਨਾ, ਵੀ ਮੈਂ ਉੱਪਰ ਅੱਜ ਸਫਾਈਆਂ ਕਰਦਾ, ਵੀ ਬੁਟੀਕ ਬਟਾਕ ਦੀਆਂ। ਇਹ ਹੈਗਾ ਮੰਡੇ ਮਾਰਨਿੰਗ, ਤੇ ਅੱਜ ਸੌਣ ਦਾ ਪਹਿਲਾ ਸੋਮਵਾਰ ਹੈ, ਤੇ ਮੱਥਾ ਟੇਕ ਆਈ ਸੀਗੀ ਮੈਂ ਵੀ। ਮੈਂ ਸ਼ਿਵਜੀ ਮੰਦਿਰ ਜ਼ਰੂਰ ਜਾਂਦੀ ਹੁੰਦੀ ਹਾਂ ਸੋਮਵਾਰ ਦੇ ਮੱਥਾ ਟੇਕਣ, ਤੇ ਉਹ ਮੈਂ ਮੱਥਾ ਟੇਕ ਆਈ ਸੀ। ਤੇ ਫਿਰ ਮੈਨੂੰ ਐਂ ਸੀ ਵੀ ਕਾਰੀਗਰ ਆਉਣ ਤੋਂ ਪਹਿਲਾਂ ਪਹਿਲਾਂ ਨਾ ਆਪਾਂ ਝਾੜੂ ਪੋਚਾ ਕਰ ਦਈਏ, ਹੈ ਨਾ, ਕਿਉਂਕਿ ਕਾਰੀਗਰ 9 ਵਜੇ ਆ ਜਾਂਦਾ ਉਹ, ਤੇ ਸ਼ਾਮ ਨੂੰ 7:30 ਜਾਂਦਾ। ਸੋ ਮੈਨੂੰ ਇਹ ਆ ਵੀ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ ਵੀ ਗਾਹ ਮੈਂ ਚੱਕ ਦਵਾਂ, ਹਨਾ, ਤੇ ਕਿਉਂਕਿ ਕਾਤਰਾਂ ਹੋ ਹੀ ਜਾਂਦੀਆਂ ਨੇ, ਤੁਹਾਨੂੰ ਪਤਾ ਗਾਹ ਬੁਟੀਕ ਦੇ ਵਿੱਚ। ਸੋ ਫਿਰ ਉਹ ਹਰ ਰੋਜ਼, ਫਿਰ ਉਹ ਵਿਚਾਰਾ ਆਉਂਦਾ ਤਾਂ ਉਹ ਕਹਿ ਦਿੰਦਾ ਵੀ ਗੰਦਾ ਸੀਗਾ, ਤਾਂ ਇਸ ਕਰਕੇ ਮੈਨੂੰ ਹੁੰਦਾ ਵੀ ਮੈਂ ਉਹਦੇ ਆਉਣ ਤੋਂ ਪਹਿਲਾਂ ਹੀ ਸਾਰੀ ਸਫਾਈ ਬੁਟੀਕ ਦੀ ਆਪਾਂ ਕਰ ਦਈਏ। ਇੱਕ ਨਾਲੇ ਅੱਜ ਕੁਛ ਖੁਸ਼ਖਬਰੀ ਵੀ ਹੈ, ਤਾਂ ਵੀ ਮੈਂ ਫਟਾਫਟ ਉੱਪਰ ਸਫਾਈਆਂ ਕਰਨ ਲੱਗੀ ਹੋਈ ਹਾਂ। ਖੁਸ਼ਖਬਰੀ ਇਹ ਹੈ ਕਿ ਮੈਂ ਅੱਜ ਠਾਕੁਰ ਜੀ ਨੂੰ ਲੈ ਕੇ ਆਉਣਾ, ਹਨਾ। ਤੁਸੀਂ ਸਾਰਿਆਂ ਨੇ ਮੈਨੂੰ ਕਿਹਾ ਸੀਗਾ ਨਾ ਵੀ ਠਾਕੁਰ ਜੀ ਨੂੰ ਇਕੱਲੇ ਨਾ ਛੱਡੋ, ਹਨਾ, ਵੀ ਉਹਨਾਂ ਦੀ ਜਦ ਤੁਸੀਂ ਸੇਵਾ ਲਈ ਹੋਈ ਹੈ, ਵੀ ਉਹਨਾਂ ਦੀ ਸੇਵਾ ਕਰਦੇ ਹੋ, ਫਿਰ ਤੁਸੀਂ ਠਾਕੁਰ ਜੀ ਨੂੰ ਇਕੱਲੇ ਨਾ ਛੱਡੋ, ਹਨਾ। ਇਸ ਕਰਕੇ ਫਿਰ ਮੈਂ ਅਮਨ ਜੀ ਨੂੰ ਕਿਹਾ ਵੀ ਜੋ ਮਰਜ਼ੀ ਕਰੋ, ਮੈਨੂੰ ਠਾਕੁਰ ਜੀ ਚਾਹੀਦੇ ਨੇ, ਹਨਾ, ਮੈਨੂੰ ਮੇਰੇ ਠਾਕੁਰ ਜੀ ਉਰੇ ਚਾਹੀਦੇ ਨੇ, ਜਿੱਥੇ ਮੈਂ ਰਹੂੰਗੀ ਉੱਥੇ ਉਹ ਰਹਿਣਗੇ, ਹਨਾ। ਸੋ ਇਸ ਕਰਕੇ ਆ ਜਿਹੜੀ ਕਿਚਨ ਸੀਗੀ, ਇਹਨੂੰ ਆਪਾਂ ਹੁਣ ਨਾ ਬਿਲਕੁਲ ਕਲੀਨ ਕਰਕੇ, ਸਾਫ ਸੁਥਰਾ ਕਰਕੇ ਇਹਨੂੰ ਬਣਾ ਲਾਂਗੇ ਆਪਾਂ ਉਹ ਕੀ ਕਹਿੰਦੇ ਨੇ ਮੰਦਿਰ। ਇੱਥੇ ਹੁਣ ਕੋਈ, ਮਤਲਬ ਮੈਂ ਕਹਿਤਾ ਸੀਗਾ ਸਾਰਿਆਂ ਨੂੰ ਵੀ ਕਿਸੇ ਨੇ ਜੂਠੇ ਭਾਂਡੇ ਨਹੀਂ ਰੱਖਣੇ ਜਾਂ ਕਿਸੇ ਨੇ ਕੁਛ ਨਹੀਂ ਰੱਖਣਾ। ਮੈਂ ਇੱਥੇ ਜਲਦਾ ਛੱਟਾ ਦੇਤਾ, ਗੰਗਾ ਜਲ ਦਾ ਛੱਟਾ ਦਿੱਤਾ, ਕਿਉਂਕਿ ਥੱਲੇ ਜਿਹੜਾ ਮੰਮੀ ਨੇ ਮੰਦਰ ਬਣਾਇਆ ਹੋਇਆ ਨਾ, ਉਹਦੇ ਵਿੱਚ ਇੰਨੀਆਂ ਪਿਕਚਰਸ ਨਹੀਂ ਆਉਣੀਆਂ, ਜਾਂ ਉਹਨਾਂ ਕੋਲ ਵੀ, ਮੰਮੀ ਕੋਲ ਵੀ ਠਾਕੁਰ ਜੀ ਰੱਖੇ ਹੋਏ ਨੇ, ਫਿਰ ਉਹਨਾਂ ਦਾ ਉਹਨਾਂ ਉਹ ਉੱਥੇ ਵਿਰਾਜਮਾਨ ਨੇ। ਸੋ ਇਸ ਕਰਕੇ ਮੰਮੀ ਕਹਿੰਦੇ ਵੀ ਥਾਂ ਵੀ ਨਹੀਂ ਹੈਗੀ। ਫਿਰ ਮੈਂ ਆਪਣਾ, ਮੈਂ ਕਿਹਾ ਮੰਮੀ ਵੀ ਮੈਂ ਸੋਚ ਰਹੀ ਹਾਂ ਵੀ ਅਸੀਂ ਆਪਣਾ ਸਮਾਨ ਹੀ ਸਾਰਾ ਉੱਪਰ ਹੀ ਸ਼ਿਫਟ ਕਰ ਲੈਂਦੇ ਹਾਂ, ਕਿਉਂਕਿ ਅਮਨ ਨੂੰ ਵੀ ਨਹਾਉਣ ਦਾ ਸ਼ੌਂਕ ਉੱਪਰ ਹੀ ਹੈ, ਉੱਪਰਲੇ ਬਾਥਰੂਮ ਦੇ ਵਿੱਚ, ਹਨਾ। ਸੋ ਮੈਂ ਕਿਹਾ ਵੀ ਚੱਲ ਅਸੀਂ ਸੌਂ ਥੱਲੇ ਜਾਇਆ ਕਰਾਂਗੇ, ਖਾਣਾ ਪੀਣਾ ਆਪਾਂ ਥੱਲੇ ਕਰ ਲਿਆ ਕਰਾਂਗੇ, ਵੀ ਨਾਲੇ ਇੱਕ ਉੱਪਰ ਨਾ ਪਤਾ ਕੀ ਹੈ ਵੀ ਬੋਲਦੇ ਕਰਦੇ ਰਹਿੰਦੇ ਹਾਂ ਜਦੋਂ ਆਪਾਂ ਕਾਰੀਗਰ ਦੇ ਕੋਲ, ਦਿਨੇ ਦਿਨੇ ਉੱਪਰ ਰਹਿ ਲਿਆ ਕਰਾਂਗੇ, ਤੇ ਦਿਨੇ ਦਿਨੇ ਉੱਪਰ ਰਹਿ ਲਿਆ ਕਰਾਂਗੇ, ਤੇ ਰਾਤ ਨੂੰ ਥੱਲੇ ਆ ਕੇ ਸੌਂ ਜਾ ਕਰਾਂਗੇ, ਤੇ ਰੋਟੀ ਪਾਣੀ ਥੱਲੇ ਖਾ ਲਿਆ ਕਰਾਂਗੇ, ਕਿਉਂਕਿ ਫਿਰ ਇਹ ਵੀ ਆ ਜਦੋਂ ਆਪਾਂ ਨੇੜੇ ਬੋਲਦੇ ਕਰਦੇ ਰਹਿੰਦੇ ਹਾਂ ਕਾਰੀਗਰ ਦੇ, ਹਨਾ, ਫਿਰ ਕਾਰੀਗਰ ਦਾ ਵੀ ਜੀ ਲੱਗਿਆ ਰਹਿੰਦਾ। ਉਹ ਵੀ ਕਹਿੰਦਾ ਸੀ, ਕਹਿੰਦਾ ਦੀਦੀ ਫਿਰ ਮੈਂ ਤਾਂ ਇਕੱਲੇ ਦਾ ਜੀ ਨਹੀਂ ਲੱਗਦਾ ਹੈਗਾ ਉੱਪਰ, ਹਨਾ। ਸੋ ਆਹ ਮੰਜਾ ਮੰਮੀ ਦਾ ਜਮਾ ਟੁੱਟਿਆ ਪਿਆ, ਇਹਨੂੰ ਹੁਣ ਮੰਮੀ ਕਹਿ ਰਹੇ ਸੀ, ਕਹਿੰਦੇ ਨਮਾਰ ਲਿਆ ਕੇ ਬੁਣਨਾ, ਮੈਨੂੰ ਤਾਂ ਇਹ ਚੀਜ਼ਾਂ ਆਉਂਦੀਆਂ ਨੀ, ਮੰਮੀ ਬੁਣ ਲੈਂਦੇ ਨੇ, ਮੰਮੀ ਤਾਂ ਬਹੁਤ ਸੋਹਣਾ ਮੰਜਾ ਬੁਣ ਲੈਂਦੇ ਨੇ, ਹਨਾ। ਕਹਿੰਦੇ ਮੈਂ ਨਮਾਰ ਲਿਆ ਕੇ ਬੁਣੂੰਗੀ, ਦੇਖੀ ਘਰੇ ਵੀ, ਘਰੇ ਹੀ ਬੁਣੂੰਗੀ। ਮੈਂ ਕਿਹਾ ਸੀ ਆਪਾਂ ਬਣਵਾ ਲੈਂਦੇ ਹਾਂ ਕਿਸੇ ਤੋਂ, ਤੇ ਮੰਮੀ ਕਹਿੰਦੇ ਨਹੀਂ ਮੈਂ ਇਕੱਲੀ ਨੇ ਬੁਣ ਲੈਣਾ, ਦੇਖੀ ਬਹੁਤ ਸੋਹਣਾ ਬੁਣ ਲੈਣਾ। ਸੋ ਇੱਥੇ ਮੀਂਹ ਆਉਣ ਦਾ ਅਹਿਸਾਸ ਸੀ, ਇੰਨਾ ਸੋਹਣਾ ਵੈਦਰ ਹੋਇਆ ਹੋਇਆ ਸੀ, ਮੈਂ ਕਿਹਾ ਚੱਲ ਬਾਹਰ ਵੀ ਵਿਹੜੇ 'ਚ ਕੀ ਕਹਿੰਦੇ ਨੇ ਮਾਰਦਾ ਝਾੜੂ,
ਤੇ ਲੱਗੀ ਹੋਈਆਂ, ਮੈਂ ਬੈਂਗਲਸ ਪਾਈਆਂ, ਤੁਸੀਂ ਨੋਟਿਸ ਕੀਤੀਆਂ, ਮਤਲਬ ਅੱਜ ਉਹੀ ਤੁਹਾਨੂੰ ਦੱਸਿਆ ਵੀ ਸਾਵਨ ਦਾ ਪਹਿਲਾ ਸੋਮਵਾਰ ਹੈ, ਮੈਂ ਪੂਰਾ ਹਾਰ ਸ਼ਿੰਗਾਰ ਕਰਕੇ ਫਿਰ ਮੰਦਰ ਗਈ ਸੀਗੀ, ਬੈਂਗਲਸ ਪਾਈਆਂ ਸੀਗੀਆਂ, ਹੁਣ ਬਸ ਮਹਿੰਦੀ ਲਵਾਵਾਂਗੇ ਇੱਕ ਅੱਧੇ ਦਿਨ ਤੱਕ, ਜਦ ਵੀ ਮੈਂ ਮਹਿੰਦੀ ਲਵਾਉਣ ਗਈ ਨਾ ਮੈਂ ਤੁਹਾਨੂੰ ਦਿਖਾਉਂਗੀ, ਕਿਉਂਕਿ ਆਪਣਾ ਤੀਜ ਦਾ ਫੰਕਸ਼ਨ ਵੀ ਹੋਣਾ ਹੈ ਨਾ, ਦੇਖਦੇ ਹਾਂ ਕਦੋਂ ਦਾ ਰੱਖਦੇ ਨੇ ਉਹ, ਤੇ ਉਹ ਤੀਜ ਦੇ ਫੰਕਸ਼ਨ ਦੀ ਵੀ ਵੇਟ ਬਹੁਤ ਮਤਲਬ ਈਗਰਲੀ ਵੇਟ ਹੁੰਦੀ ਹੈ ਉਸ ਚੀਜ਼ ਦੀ, ਹੈ ਨਾ, ਸੋ ਮਹਿੰਦੀ ਮੁਹਦੀ ਫਿਰ ਉਹਦੇ ਨੇੜੇ ਹੀ ਲਵਾ ਲਾਂਗੇ, ਫਿਰ ਸੋਹਣੀ ਵੀ ਲੱਗੂਗੀ ਲੱਗੀ ਹੋਈ ਹੱਥਾਂ 'ਤੇ, ਹੈ ਨਾ। ਅਨੀਤ ਨੂੰ ਵੀ ਬਹੁਤ ਸ਼ੌਂਕ ਹੈ, ਉਹ ਵੀ ਕਹਿੰਦੀ ਮੰਮਾ ਮੈਂ ਮਹਿੰਦੀ ਲਵਾਉਣ ਜਾਣਾ, ਮਹਿੰਦੀ ਲਵਾਉਣ ਜਾਣਾ, ਮੈਂ ਕਿਹਾ ਆਪਾਂ ਇਕੱਠੇ ਹੀ ਚੱਲਾਂਗੇ। ਸੋ ਲਓ ਜੀ, ਅਨੀਤ ਆ ਗਈ ਸਕੂਲੋਂ, ਹੁਣ ਕੋਈ ਕੰਮ ਨਹੀਂ ਹੋਣਾ, ਜਿਹੜੇ ਮੈਂ 12 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਲਏ ਨਿਬੇੜ ਲਏ, ਹੈ ਨਾ। ਹੁਣ ਇੱਥੇ ਇਹਨੂੰ ਮਿਲੇ ਨੇ, ਹਾਂ ਕੋਈ ਗਿਫਟ ਮਿਲਿਆ ਸਕੂਲੋਂ ਡੋਮਸ ਦਾ, ਨਾ ਵਿੱਚ ਹੀ ਕੀ ਕਹਿੰਦੇ ਨੇ ਕਲਰਸ ਨੇ, ਵਿੱਚ ਹੀ ਸਕੈਚ ਪੈਨ ਨੇ, ਵਿੱਚ ਹੀ ਪੈਨਸਿਲ ਕਲਰਸ ਨੇ, ਵਿੱਚ ਹੀ ਕਰੇਓਨਸ ਨੇ, ਵਿੱਚ ਪੈਨਸਿਲ ਹੈ, ਰਬੜ ਹੈ, ਸਾਰਾ ਕੁਛ ਇਹਨੂੰ ਸਕੂਲੋਂ ਮਿਲਿਆ, ਟੀਚਰਸ ਨੇ ਦਿੱਤਾ, ਹੈ ਨਾ। ਸੋ ਕਿਉਂਕਿ ਹਨੀਤ ਸੈਕਿੰਡ ਪੋਜੀਸ਼ਨ 'ਤੇ ਆਈ ਹੈ ਸਟੋਰੀ ਟੈਲਿੰਗ ਕੰਪੀਟੀਸ਼ਨ 'ਤੇ, ਹੈ ਨਾ, ਇਸ ਕਰਕੇ ਇਹਨੂੰ ਇਹ ਪ੍ਰਾਈਜ਼ ਮਿਲਿਆ। ਸੋ ਆਈ ਫੀਲ ਪ੍ਰਾਊਡ, ਮੇਰੇ ਬੱਚੇ ਮਤਲਬ ਮੈਂ ਜਿੰਨਾ ਬੱਚਿਆਂ ਵੱਲ ਨਹੀਂ ਧਿਆਨ ਦੇ ਪਾਉਂਦੀ ਨਾ, ਓਨਾ ਹੀ ਠੀਕ ਹੈ, ਆਪੇ ਕਰੀ ਜਾਂਦੇ ਨੇ, ਜਿੰਨੇ ਕੁ ਜੋਗੇ ਨੇ ਵਿਚਾਰੇ ਆਪੇ ਕਰੀ ਜਾਂਦਾ, ਗੁਰਪ੍ਰਤਾਪ ਵੀ ਆਪੇ ਹੀ ਕਰੀ ਜਾਂਦਾ ਹੁੰਦਾ ਸੀਗਾ, ਹਨੀਤ ਵੀ ਆਪੇ ਹੁਣ ਕਰ ਲੈਂਦੀ ਹੈ। ਸੋ ਲੱਗੀ ਹੋਈ ਹੈ ਆਪਣੀ ਸਟੱਡੀਜ਼ ਕਰਨ, ਉਹ ਉਹਨੂੰ ਤੰਗ ਕਰ ਰਿਹਾ, ਮੈਂ ਕਹਿ ਰਹੀ ਸੀ, ਮੈਂ ਕਿਹਾ ਆਪ ਤੂੰ ਪੜ੍ਹਦਾ ਨਹੀਂ ਹੈਗਾ, ਹਨੀਤ ਨੂੰ ਪੜ੍ਹਨ ਨਹੀਂ ਦੇ ਰਿਹਾ ਹੈਗਾ, ਹੈ ਨਾ। ਕਹਿੰਦਾ ਮੰਮਾ ਮੈਂ ਫਿਨਿਸ਼ ਕਰਕੇ, ਇਹ ਬਹੁਤ ਚਲਾਕ ਹੈ, ਇਹ ਆਪਣਾ ਸਾਰਾ ਲਰਨ ਲੂਨ ਕਰਕੇ ਫਿਨਿਸ਼ ਕਰਕੇ ਨਾ ਫਿਰ ਹਨੀਤ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ। ਹਨੀਤ ਥੋੜ੍ਹੀ ਸਲੋ ਕਰਦੀ ਹੈ, ਕਿਉਂਕਿ ਉਹਨੂੰ ਤੁਹਾਨੂੰ ਪਤਾ ਹਲੇ ਛੋਟੀ ਵੀ ਬਹੁਤ ਹੈ, ਹੈ ਨਾ, ਹੌਲੀ ਹੌਲੀ ਲਿਖਣਾ ਸਿੱਖ ਰਹੀ ਹੈ। ਸੋ ਇਹ ਆਪਣਾ ਕੰਮ ਨਿਬੇੜ ਨਿਬੂੜ ਕੇ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ। ਫਿਰ ਉਹ ਕਹਿੰਦੀ ਹੈ ਮੰਮਾ ਦੇਖ ਲਓ ਆਪ ਪੜਿਆ ਹੈ, ਵੀ ਜੀ ਮੈਨੂੰ ਪੜ੍ਹਨ ਨਹੀਂ ਦੇ ਰਿਹਾ ਹੈਗਾ, ਹੈ ਨਾ। ਫਿਰ ਮੇਰੇ ਤੋਂ ਕੁੱਟ ਖਾਂਦੇ ਨੇ, ਬਹੁਤ ਲੜਦੇ ਨੇ, ਸੱਚੀ ਦੋਨੋਂ ਭੈਣ ਭਰਾ ਇੰਨਾ ਲੜਦੇ ਨੇ। ਮੈਂ ਉਧਰ ਦਾਲ ਸਬਜ਼ੀ ਬਣਾ ਰਹੀ ਸੀਗੀ, ਅੱਜ ਤਾਂ ਮੈਂ ਇਹੀ ਜਿਹੀ ਕਰਤੂਤ ਕੀਤੀ, ਅੱਜ ਤਾਂ ਮੰਮੀ ਤੋਂ ਗਾਲਾਂ ਪੈ ਗਈਆਂ। ਮੰਮੀ ਕਹਿੰਦੇ ਤੈਨੂੰ ਤਾਂ ਗੱਲਾਂ ਦਾ ਇੰਨਾ ਚਸਕਾ ਪੈ ਗਿਆ, ਇੰਨਾ ਚਸਕਾ ਪੈ ਗਿਆ ਵੀ ਤੂੰ ਸਾਰੇ ਕੰਮ ਗਲਤ ਕਰਨ ਲੱਗ ਗਈ, ਗੱਲਾਂ ਦੇ ਚਸਕੇ ਚ, ਹੈ ਨਾ, ਵੀ ਸੁਣਨ ਦੇ ਚਸਕੇ ਚ। ਸੋ ਇੱਥੇ ਖਾ ਰਹੇ ਆਪਾਂ ਰੋਟੀ, ਮੈਂ ਤੁਹਾਨੂੰ ਦਿਖਾਉਣੀ ਆ, ਵੇਟ ਕਰੋ ਵੀ ਮੈਂ ਕੀ ਕੀਤੀ ਹੈ, ਕੀ ਗੜਬੜੀ ਕੀਤੀ ਹੈ। ਮੈਂ ਮਤਲਬ ਗੱਲਾਂ ਦਾ ਚਸਕਾ ਇੱਦਾਂ ਨਹੀਂ ਹੈਗਾ, ਬਸ ਮੰਮੀ ਨੂੰ ਇਹ ਹੋਇਆ ਪਿਆ ਵੀ ਮੈਂ ਗੱਲਾਂ ਸੁਣਨ ਦੀ ਮਾਰੀ ਨੇ ਨਾ ਸਾਰੀ ਸਬਜ਼ੀ ਖਰਾਬ ਕਰਤੀ, ਹੈ ਨਾ, ਮਤਲਬ ਸਾਰੀ ਸਬਜ਼ੀ ਸਾੜਤੀ। ਇੰਨੀ ਯਮੀ ਸਬਜ਼ੀ ਬਣਾਈ ਸੀ ਮੈਂ ਭਿੰਡੀਆਂ ਦੀ, ਜਿਵੇਂ ਥੋੜ੍ਹੀ ਜਿਹੀ ਫਰਾਈ ਕਰਕੇ ਫਿਰ ਪਿਆਜ਼ ਬਾਅਦ 'ਚ ਪਾ ਕੇ, ਅਤੇ ਬਹੁਤ ਵਧੀਆ ਬਣੀ ਸੀਗੀ, ਹੈ ਨਾ। ਮੈਂ ਤੁਹਾਨੂੰ ਦਿਖਾਉਂਦੀ ਹਾਂ, ਉਹ ਮੈਂ ਕਿਤੇ ਕਰਦੀ ਕਰਦੀ ਸਬਜ਼ੀ ਬਣਾਉਂਦੀ ਨਾ ਬਾਹਰ, ਭਾਬੀ ਜੀ ਉਨੀ ਸਾਰੇ ਬਹਿੰਦੇ ਨੇ, ਮੈਂ ਤੁਹਾਨੂੰ ਦਿਖਾਇਆ ਨਾ ਵੀ ਉਹ ਸਾਡੇ ਸਾਰੇ ਸਾਹਮਣੇ ਭਾਬੀ ਜੀ ਉਨੀ ਹੋ ਗਏ, ਨਿਸ਼ੀ ਭਾਬੀ ਹੋ ਗਏ, ਅਸੀਂ ਸਾਰੇ ਨਾ ਇੱਕ ਕੁਰਸੀਆਂ ਡਾ ਕੇ ਉੱਥੇ ਬਹਿ ਜਾਂਦੇ ਹੁੰਦੇ ਹਾਂ। ਸੋ ਉੱਥੇ ਬੈਠੇ ਸੀਗੇ ਉਹ ਸਾਰੇ, ਮੇਰਾ ਧਿਆਨ ਉੱਥੇ ਸੀਗਾ, ਮੈਂ ਕਿਹਾ ਚਲੋ ਉੱਧਰ ਵੀ ਗੱਲਾਂ ਮਾਰ ਕੇ ਆਵਾਂ, ਹੈ ਨਾ, ਭੱਜ ਕੇ, ਨਾਲੇ ਮੈਂ ਸਬਜ਼ੀ ਨੂੰ ਤੜਕਾ ਲਾ ਜਾਂਦੀ ਸੀ, ਨਾਲੇ ਮੈਂ ਉਹਨਾਂ ਦੀ ਗੱਲਾਂ ਸੁਣ ਜਾਂਦੀ ਸੀਗੀ, ਹੈ ਨਾ। ਮੈਨੂੰ ਮੰਮੀ ਕਹਿੰਦੇ ਇੰਨਾ ਗੱਲਾਂ ਦਾ ਚਸਕਾ, ਹੈ ਨਾ। ਸੋ ਉਹ ਗੱਲਾਂ ਸੁਣਦੀ ਸੁਣਦੀ ਨੇ ਮੈਂ 5-10 ਮਿੰਟ ਕਿਤੇ ਲਾਤੇ, ਉਹ ਮੈਨੂੰ ਯਾਦ ਨਹੀਂ ਰਿਹਾ ਵੀ ਮੈਂ ਕੀ ਕਹਿੰਦੇ ਨੇ ਸਬਜ਼ੀ ਤੇਜ਼ 'ਤੇ ਰੱਖੀ ਹੋਈ ਆ, ਮੇਰੇ ਦਿਮਾਗ 'ਚ ਉਹੀ ਰਿਹਾ ਵੀ ਮੈਂ ਸਬਜ਼ੀ ਸਿਮ 'ਤੇ ਰੱਖੀ ਹੋਈ ਆ, ਹੈ ਨਾ। ਸਾਰੀ ਸਬਜ਼ੀ ਸੜ ਗਈ, ਫਿਰ ਉਹ ਤੋਂ ਬਾਅਦ ਕੁਛ ਨਾ ਖਾਣ ਨੂੰ। ਮੰਮੀ ਕਹਿੰਦੇ ਵੀ ਮੂੰਗੀ ਧੋਮੀ ਬਣਾ ਲੈ, ਫਿਰ ਮੂੰਗੀ ਧੋਮੀ ਹਲੇ ਕੱਲ੍ਹ ਖਾਧੀ ਸੀ, ਮੈਂ ਅਮਨ ਜੀ ਨੂੰ ਫੋਨ ਕੀਤਾ, ਮੈਂ ਕਿਹਾ ਵੀ ਮੂੰਗੀ ਧੋਮੀ ਤਾਂ ਆਪਾਂ ਕੱਲ੍ਹ ਖਾਧੀ ਸੀ, ਇਹ ਵੀ ਕਹਿਣ ਲੱਗ ਗਏ। ਕਹਿੰਦੇ ਹਾਂ ਵੀ ਦਾਲ ਨਾ ਬਣਾਈ, ਵੀ ਦਾਲ ਨਹੀਂ ਖਾਣ ਨੂੰ ਜੀ ਕਰ ਰਿਹਾ ਹੈਗਾ, ਵੀ ਉਹ ਤਾਂ ਕੱਲ੍ਹ ਹੀ ਖਾਧੀ ਆ। ਸੋ ਇਸੇ ਡਰ ਦੇ ਮਾਰੇ ਮੈਂ
ਭਾਂਡੇ ਧੋਣ ਲੱਗੀ ਆ, ਮੈਨੂੰ ਐ ਵੀ ਫਟਾਫਟ। ਵੈਸੇ ਤਾਂ ਰਾਤ ਨੂੰ ਮੈਂ ਜਿਹੜੇ ਭਾਂਡੇ ਜੂਠੇ ਹੁੰਦੇ ਨੇ ਇਹ ਧੋ ਕੇ ਸਾਰਾ ਕਲੀਅਰ ਕਰਕੇ ਹੀ ਸੌਂਦੀ ਆ, ਪਰ ਅੱਜ ਮੈਂ ਥੋੜੀ ਜਲਦੀ ਸਫਾਈਆਂ ਕਰਨ ਲੱਗ ਗਈ, ਸਾਫ ਸੁਥਰਾ ਕਰਨ ਲੱਗ ਗਈ, ਕਿਉਂਕਿ ਮੰਮੀ ਦੀਆਂ ਗਾਲਾਂ ਤੋਂ ਪਹਿਲਾਂ ਪਹਿਲਾਂ ਬਚ ਜਾਈਏ, ਹਨਾ। ਤੇ ਆ ਦੇਖੋ ਸਾਰੀ ਸਬਜ਼ੀ ਸਾੜਤੀ, ਬੱਚਿਆਂ ਦੇ ਟਿਫਨ ਤੇ ਲਿਜਾਣ ਜੋਗੀ ਬਸ ਥੋੜੀ ਜਿਹੀ ਕੌਲੀ ਬਚੀ ਹੈ, ਕਿਉਂਕਿ ਅਸੀਂ ਪਤਾ ਕੀ ਕਰਦੇ ਹੁੰਦੇ ਹਾਂ, ਅਸੀਂ ਰਾਤ ਨੂੰ ਹੀ ਜਿਵੇਂ ਸੁੱਕੀ ਸਬਜ਼ੀ ਬਣਾ ਕੇ ਰੱਖ ਲੈਂਦੇ ਹਾਂ ਮੰਮੀ ਤੇ ਮੈਂ, ਜਿਹੜੀ ਹਨੀਤ ਨੂੰ ਵੀ ਤੇ ਗੁਰਪ੍ਰਤਾਪ ਨੂੰ ਟਿਫਨ 'ਚ ਪੈ ਜਾਂਦੀ ਹੈ, ਹਨਾ। ਤੇ ਇਹ ਮੈਂ ਭਿੰਡੀਆਂ ਬਣਾਈਆਂ ਸੀ, ਮੰਮੀ ਕਹਿੰਦੇ ਚੱਲ ਦੋਨਾਂ 'ਚ ਪੈ ਜਾਣਗੀਆਂ, ਪਰ ਉਹ ਸਾਰੀਆਂ ਸੜ ਗਏ, ਪਰ ਗੁਰਪ੍ਰਤਾਪ ਤੇ ਹਨੀਤ ਜੋਗੀ ਕੌਲੀ 'ਚ ਨਿਕਲਿਆ ਹੀ, ਕਿਉਂਕਿ ਉੱਪਰੋਂ ਉੱਪਰੋਂ ਚੱਕ ਲਈ, ਹਨਾ। ਤੇ ਆਹ ਗੱਲਾਂ ਦਾ ਚਸਕਾ ਆਹ ਮੇਰੇ ਨਾਲ ਹੋਈ, ਆਹ ਮੇਰੀ ਮਤਲਬ ਮੰਮੀ ਨੂੰ ਬਸ ਬਹਿਮ ਹੋ ਗਿਆ, ਬਹਿਮ ਨੀ ਗੱਲ ਤਾਂ ਸਹੀ ਹੈ, ਵੀ ਉਹ ਭਾਬੀ ਜੀ ਉਹਨੇ ਕੀ ਗੱਲਾਂ ਕਰਦੇ ਸੀ, ਮੈਨੂੰ ਹਲੇ ਚੇਤੇ ਜੇ ਵੀ ਨੀ ਹੈਗਾ, ਬਸ ਅਸੀਂ ਇੱਧਰ ਉੱਧਰ ਲੀਆਂ ਗੱਲਾਂ ਕਰ ਰਹੇ ਸੀਗੇ ਵੀ ਹਾਂ ਗੁੱਲੀ ਡੰਡਾ, ਭਾਬੀ ਕਹਿੰਦੇ ਵੀ ਅੱਗੇ ਆਪਾਂ ਕਿਹੋ ਜਿਹੇ ਖੇਡਾਂ ਖੇਡਦੇ ਸੀਗੇ, ਹਨਾ। ਉਹ ਗੱਲਾਂ ਸੁਣਨ ਚਲੀ ਗਈ, ਮੈਂ ਕਿਹਾ ਵੀ ਮੈਂ ਵੀ ਬਾਹਰ, ਇੱਕ ਗੱਲਾਂ ਸੁਣਨ ਦਾ ਚਸਕਾ ਹੋ ਗਿਆ, ਇੱਕ ਉੱਤੋਂ ਹਵਾ ਬਹੁਤ ਸੋਹਣੀ ਸੀਗੀ, ਹਨਾ, ਅੰਦਰ ਗਰਮੀ ਸੀਗੀ, ਮੈਂ ਕਿਹਾ ਚੱਲ ਹਵਾ ਦਾ ਬੁੱਲਾ ਜਿਹਾ ਵੀ ਲੈ ਆਉਂਦੀ ਹਾਂ, ਹਨਾ। ਤੇ ਮੈਂ ਗਈ, ਮੈਂ ਭੁੱਲ ਗਈ, ਨਾਲੇ ਮੈਂ ਬੈਠੀ ਨਹੀਂ ਹੈਗੀ, ਉਹ ਤਾਂ ਸਾਰੇ ਚੇਅਰਸ ਦਾ ਹੀ ਬੈਠੇ ਸੀਗੇ, ਨਾਲੇ ਮੈਂ ਉੱਥੇ ਬੈਠੀ ਨਹੀਂ ਹੈਗੀ, ਮੈਂ ਖੜੀ ਖੜੀ ਉਹ ਗੱਲਾਂ ਸੁਣਦੀ ਸੁਣਦੀ 10-15 ਮਿੰਟ ਲਾਏ ਹੀ, ਜਦ ਨੂੰ ਸਾਰੀ ਸਬਜ਼ੀ ਸੜ ਗਈ, ਮੈਨੂੰ ਸਾਰੇ ਕਹਿਣ ਸਮੈਲ ਆ ਰਹੀ ਹੈ, ਸਮੈਲ ਆ ਰਹੀ ਹੈ, ਮੈਨੂੰ ਭਾਬੀ ਉਹ ਨਹੀਂ ਕਹਿੰਦੇ, ਕਹਿੰਦੇ ਵਾਸ਼ਨਾ ਆ ਰਹੀ ਹੈ ਵੀ ਬਹੁਤ ਵਧੀਆ ਸਬਜ਼ੀ ਬਣਾ ਕੇ ਆਇਆ ਜੀ, ਕੀ ਸਬਜ਼ੀ ਬਣਾਇਆ, ਹੈ ਨਾ। ਜਦ ਮੈਂ ਕਿਚਨ 'ਚ, ਮੈਂ ਕਿਹਾ ਉਹ ਸ਼ਿਟ, ਮੈਂ ਦੇਖਾਂ ਤਾਂ ਸਹੀ ਜਾ ਕੇ ਵੀ ਕੜਛੀ ਮਾਰ ਕੇ ਆਵਾਂ, ਹੈ ਨਾ। ਜਦ ਮੈਂ ਆ ਕੇ ਦੇਖਿਆ ਸਾਰੀ ਸਬਜ਼ੀ ਕਾਲੀ ਹੋਈ ਪਈ ਸੀਗੀ, ਤੇ ਗੁਰਪ੍ਰਤਾਪ ਕਹਿੰਦਾ ਮੈਂ ਮੰਮਾ ਮੂਡ ਬਣਾਈ ਬੈਠਾ ਸੀ, ਮੈਂ ਭਿੰਡੀ ਖਾਣੀ ਸੀ, ਮੇਰਾ ਦਿਲ ਸੀਗਾ। ਐਕਚੁਲੀ ਸਾਡੇ ਸਾਰਿਆਂ ਨੂੰ ਭਿੰਡੀਆਂ ਬਹੁਤ ਪਸੰਦ ਹੈ, ਅਮਨ ਜੀ ਨੂੰ ਵੀ, ਹਾਂ ਗੁਰਪ੍ਰਤਾਪ ਨੂੰ ਵੀ, ਹਨੀਤ ਨੂੰ ਵੀ, ਸਾਰਿਆਂ ਨੂੰ, ਹਨਾ। ਉਹੀ ਚੀਜ਼ ਮੈਂ ਲੱਲਰ ਲਾ ਤੇ ਸਾਰੀ ਮਤਲਬ ਸੜ ਗਈ, ਹਨਾ। ਮੈਂ ਜੇ ਤੁਹਾਨੂੰ ਕੜਾਹੀ ਦਿਖਾਈ ਹੋਇਆ ਤੁਸੀਂ ਹਾਲ ਦੇਖ ਲਓ, ਬਸ ਇਹ ਵੀ ਥੋੜੀ ਜਿਹੀ ਗੁਰਪ੍ਰਤਾਪ ਜੋਗੀ ਨਿਕਲਿਆ ਹੀ ਉੱਪਰੋਂ ਉੱਪਰੋਂ। ਤੇ ਫਿਰ ਅਮਨ ਜੀ ਨੂੰ ਮੈਂ ਕੀ ਬਣਾ ਕੇ ਦਿੱਤਾ ਦੱਸਦੀ ਹਾਂ। ਫਿਰ ਮੈਂ ਸਿਰਫ ਇੱਕ ਲੰਬੇ ਲੰਬੇ ਪਿਆਜ਼ ਕੱਟ ਕੇ ਨਾ, ਤੇ ਵਿੱਚ ਇੱਕ ਟਮਾਟਰ ਪਾ ਕੇ ਉਹ ਬਣਾ ਕੇ ਦਿੱਤਾ, ਥੋੜਾ ਜਿਹਾ ਵਿੱਚ ਦਹੀਂ ਦਾ ਚਮਚਾ ਪਾਇਆ, ਹਨਾ, ਉਹ ਬਣਾ ਕੇ ਦਿੱਤਾ, ਇੰਨਾ ਯਮੀ ਬਣਿਆ। ਪਰ ਜਿਹੜੀ ਚੀਜ਼ ਐ ਥੋੜੀ ਛੇਤੀ ਜੇ ਬਣਾਉਣੇ ਹੁੰਦੇ ਨਾ, ਬਹੁਤ ਸਵਾਦ ਬਣਿਆ, ਬਣੀ ਤਾਂ ਬਹੁਤ ਸਵਾਦ, ਪਰ ਮੈਨੂੰ ਬਹੁਤ ਦੁੱਖ ਹੋਇਆ, ਮੰਮੀ ਕਹਿੰਦੇ 60 ਰੁਪਏ ਕਿਲੋ ਸੀਗੀ ਭਿੰਡੀ ਜਿਹੜੀ ਖਰਾਬ ਕਰਤੀ, ਹਨਾ। ਮੈਂ ਕਿਹਾ ਚਲੋ ਕੋਈ ਨਾ, ਫਿਰ ਇਟਸ ਓਕੇ ਮੰਮੀ, ਇਹ ਐਕਸੀਡੈਂਟਲੀ ਹੁੰਦਾ। ਮੰਮੀ ਕਹਿੰਦੇ ਐਕਸੀਡੈਂਟਲੀ ਨਹੀਂ ਹੁੰਦਾ, ਇਹ ਚਸਕੇ ਨੇ ਤੈਨੂੰ ਜਿਹੜੇ ਗੱਲਾਂ ਆਉਂਦੇ ਨੇ। ਮੈਂ ਕਿਹਾ ਨਹੀਂ ਨਹੀਂ ਹਾਸਾ ਮਜ਼ਾਕ ਹੈ, ਹਨਾ, ਉਹ ਬਹਿ ਜਾਈਦਾ। ਪਤਾ ਕੀ ਹੈ, ਸਾਰੀ ਦਿਹਾੜੀ ਅਸੀਂ ਅੰਦਰ ਰਹਿੰਦੇ ਹਾਂ, ਸਾਰੀ ਦਿਹਾੜੀ ਅੰਦਰ ਰਹਿੰਦੇ ਹਾਂ, ਤੇ ਕਦੇ ਕੰਮ ਆਪਣੇ ਆਪਣੇ ਕੰਮ 'ਚ ਬਿਜ਼ੀ ਰਹਿੰਦੇ ਹਾਂ, ਹਨਾ, ਕਦੇ ਬੁਟੀਕ 'ਚ ਕਦੇ ਕਿਤੇ, ਤਾਂ ਫਿਰ ਇਹ ਮਤਲਬ ਕੁਛ ਕੁ ਆਵਰਸ ਹੁੰਦੇ ਨੇ ਵੀ ਅਸੀਂ। ਸੋ ਇੱਥੇ ਕਰਦੇ ਹਾਂ ਆਪਾਂ ਬਲੌਗ ਦਾ ਐਂਡ। ਜੇ ਤੁਹਾਨੂੰ ਸਾਡਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ, ਪਲੀਜ਼ ਚੈਨਲ ਨੂੰ ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਐਂਡ ਸ਼ੇਅਰ। ਸਬਸਕ੍ਰਾਈਬ ਕਰ ਕਹਿਣਾ ਕਿੰਨਾ ਔਖਾ ਵਰਡ ਆ, ਰਾਈਟ? ਪੂਰੀ ਟ੍ਰੇਨਡ ਹੈ, ਵਧੀਆ ਬੋਲਦੀ ਆ, ਮੈਨੂੰ ਐਂ ਲੱਗਦਾ ਵੀ ਜਦੋਂ ਇਹ ਬਲੌਗਿੰਗ ਕਰਨ ਲੱਗ ਗਈ ਨਾ, ਸਾਰਾ ਕੁਛ ਪੂਰਾ ਟ੍ਰੇਨਡ ਰਹਿਣਾ ਇਹਨੇ, ਹਨਾ। ਸੋ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ। ਬਹੁਤ ਥੱਕ ਜਾਂਦੇ ਹਾਂ ਸਾਰਾ ਦਿਨ ਕੰਮ ਕਰਕੇ, ਹਨਾ, ਮਤਲਬ ਕੰਮ ਕਾਰ ਕਦੇ ਕੁਛ ਕਦੇ ਕੁਛ ਕਰੀ ਹੋ ਜਾਈਦਾ, ਸਾਰਿਆਂ ਦੇ ਇਹੀ ਹਾਲ ਆ, ਸੇਮ ਐਜ਼, ਹਨਾ, ਘਰ ਦੇ ਕੰਮ ਮੁੱਕਦੇ ਹੀ ਨਹੀਂ ਹੈਗੇ ਆਪਣੇ ਸਾਰੀਆਂ ਭੈਣਾਂ ਦੇ, ਹਨਾ। ਸੋ ਵਧੀਆ, ਵੈਸੇ ਬਿਜ਼ੀ ਰਹਿੰਦਾ ਬੰਦਾ, ਕਰਦੇ ਰਹਿਣਾ ਚਾਹੀਦਾ। ਸੋ ਬਾਏ, ਗੁੱਡ ਨਾਈਟ ਸਾਰਿਆਂ ਨੂੰ, ਟੇਕ ਕੇਅਰ, ਧਿਆਨ ਰੱਖਿਆ ਕਰੋ ਪਲੀਜ਼, ਸਾਰੇ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ, ਕਿਉਂਕਿ ਮੈਂ ਨਾ 2-3 ਕੇਸ ਕਾਫੀ ਸੁਣ ਰਹੀ ਹਾਂ ਵੀ ਬੱਚਿਆਂ ਦੇ ਜਿਵੇਂ ਮਮਸ ਹੋ ਰਹੇ ਨੇ, ਮੈਂ ਹੋਰ ਵੀ 2-3 ਸਾਡੀ ਕਾਲੋਨੀ ਦੇ ਵਿੱਚ ਹੀ ਸੁਣੇ ਨੇ,
ਤੇ ਵੀ ਮਮਸ ਹੋ ਰਹੇ ਨੇ, ਪਲੀਜ਼ ਬਹੁਤ ਧਿਆਨ ਰੱਖੋ ਬੱਚਿਆਂ ਦਾ। ਇਹ ਮਤਲਬ ਬਹੁਤ ਔਖਾ ਹੁੰਦਾ ਬੱਚਾ, ਹਨਾ, ਮਤਲਬ ਸਾਰਾ ਮੂੰਹ ਸੁੱਜ ਜਾਂਦਾ ਹੈ, ਤੁਸੀਂ ਤਾਂ ਇਸਦਾ ਹਾਲ ਦੇਖਿਆ ਹੀ ਹੈ। ਸੋ ਇਸ ਕਰਕੇ ਪਲੀਜ਼ ਬੱਚਿਆਂ ਦਾ ਧਿਆਨ ਬਹੁਤ ਰੱਖੋ। ਇੱਕ ਵੈਦਰ ਚੇਂਜ ਹੋ ਰਿਹਾ, ਜ਼ੁਕਾਮ ਇਹਨੂੰ ਵੀ ਬਹੁਤ ਹੋਇਆ ਪਿਆ, ਮੈਨੂੰ ਲੱਗਦਾ ਏਸੀ ਤੋਂ ਹੋਇਆ ਹੋਇਆ, ਪਰ ਨਹੀਂ, ਮੈਂ ਬਾਹਰ ਵੀ ਬੱਚੇ ਦੇਖੇ, ਕਾਫੀ ਸਾਰਿਆਂ ਨੂੰ ਜ਼ੁਕਾਮ ਹੋਇਆ ਹੋਇਆ ਹਨਾ, ਕੰਮ ਜ਼ੁਕਾਮ। ਸੋ ਇਸ ਕਰਕੇ ਧਿਆਨ ਰੱਖੋ। ਬਾਏ, ਗੁੱਡ ਨਾਈਟ ਸਾਰਿਆਂ ਨੂੰ।